ਚੂਕ ਹੋਏ ਕਬ ਲਿਹੋ ਸੁਧਾਰੋ। ਸਤਿਗੁਰੂ ਜੀ ਦੀ ਬਾਣੀ, ਸਤਿਗੁਰੂ ਜੀ ਦਾ ਜਸ, ਵਡਿਆਈ ਦਾ ਕੋਈ ਅੰਤ ਨਹੀਂ ਪਾ ਸਕਦਾ। ਸਤਿਗੁਰੂ ਜੀ ਆਪਣੀ ਬਾਣੀ ਅੰਦਰ ਹੀ ਇਸ ਮਹਿਮਾ ਨੂੰ ਕਥਨ ਕਰਦੇ ਨੇ, ਭਾਵੇਂ ਕਹਿੰਦੇ ਸੱਤ ਸਮੁੰਦਰਾਂ ਦੀ ਸ਼ਾਹੀ ਬਣਾ ਲਾ, ਦੁਨੀਆਂ ਦੀ ਸਾਰੀ ਬਨਸਪਤੀ ਕੱਟ ਕੇ ਕਲਮ ਬਣਾ ਲਾ। ਹੁਣ ਜੇ ਸੱਤ ਸਮੁੰਦਰ ਦੀ ਸ਼ਾਹੀ ਬਣੀ ਹੈ ਤੇ ਕਲਮ ਬਣ ਗਈ ਸਾਰੀ ਬਨਸਪਤੀ ਦੀ, ਤੇ ਕਾਗਜ਼ ਕਿਹੜਾ ਕਹਿੰਦੇ ਸਾਰੀ ਧਰਤੀ ਤੇ ਲਿਖੀ ਜਾ, ਕਿੱਡੀ ਵੱਡੀ ਧਰਤੀ ਹੈ, ਸਾਰੀ ਧਰਤੀ ਤੇ ਲਿਖੀ ਜਾ, ਤੇ ਫਿਰ ਲਿਖਣ ਵਾਲਾ ਵੀ ਓਡਾ ਵੱਡਾ ਹੀ ਚਾਹੀਦਾ। ਲਿਖਣ ਵਾਲਾ ਕੌਣ ਹੋਵੇ? ਕਹਿੰਦੇ ਹਵਾ। ਜਿੱਦਾਂ ਹਵਾ ਲਗਾਤਾਰ ਚੱਲਦੀ ਹੈ, ਇਸੇ ਤਰ੍ਹਾਂ ਲਗਾਤਾਰ ਲਿਖੀ ਜਾ ਤਾਂ ਵੀ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਬਾਣੀ ਵਿੱਚ ਸ੍ਰੀ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਕਬੀਰ ਸਾਤ ਸਮੁੰਦਰ ਹੈ ਮਸ ਕਰੋ, ਕਲਮ ਕਰੋ ਬਨ ਰਾਏ। ਸੱਤ ਸਮੁੰਦਰਾਂ ਨੂੰ ਮਸ ਬਣਾ ਲਾ, ਸਿਆਹੀ ਬਣਾ ਲਾ, ਤੇ ਕਲਮ ਕਰ ਜਿੰਨੀ ਵੀ ਬਨਸਪਤੀ ਹੈ। ਬਸਦਾ ਕਾਗਜ਼ ਜੋ ਕਰੋ ਤੋ ਹਰ ਜਸ ਲਿਖਣ ਨਾ ਜਾਏ। ਜਿੱਥੇ ਵਾਹਿਗੁਰੂ ਬੇਅੰਤ ਹੈ ਉੱਥੇ ਸਾਧ ਸੰਗਤ ਜੀ ਉਹਦੀ ਵਡਿਆਈ ਵੀ ਬੇਅੰਤ ਹੈ। ਨੰਬਰ ਇੱਕ, ਵਾਹਿਗੁਰੂ ਬੇਅੰਤ ਹੈ। ਨੰਬਰ ਦੋ, ਵਡਿਆਈ ਵੀ ਬੇਅੰਤ ਹੈ। ਅੰਤ ਨਾ ਸ਼ਿਫਤੀ, ਕਹਿਣ ਨਾ ਅੰਤ। ਨੰਬਰ ਤਿੰਨ, ਸੱਚੇ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਜਿੱਥੇ ਵਾਹਿਗੁਰੂ ਬੇਅੰਤ ਹੈ ਉਹਦਾ ਜਸ ਵੀ ਬੇਅੰਤ ਹੈ, ਉੱਥੇ ਜਿਹੜਾ ਉਹਦਾ ਨਾਮ ਆ ਉਹ ਵੀ ਬੇਅੰਤ ਹੈ। ਸਤਿਗੁਰੂ ਜੀ ਕਹਿੰਦੇ ਮੇਰੀ ਭਾਵੇਂ ਕਰੋੜਾਂ ਯੁੱਗਾਂ ਦੀ ਉਮਰ ਹੋ ਜੇ ਪਰ ਇੱਕ ਕੰਮ ਮੇਰੇ ਤੋਂ ਹੋੜਾ ਨਹੀਂ, ਆਪਣੇ ਤੇ ਟਿਕਾ ਕੇ ਉੱਤਮ ਵਕਤਾ ਉਪਦੇਸ਼ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਸੱਜਣਾ ਭਾਵੇਂ ਕਰੋੜਾਂ ਯੁੱਗਾਂ ਦੀ ਤੇਰੀ ਉਮਰ ਹੋ ਜੇ ਪਰ ਇੱਕ ਕੰਮ ਨਹੀਂ ਤੇਰੇ ਤੋਂ ਹੋੜਾ, ਬਾਕੀ ਸ਼ਾਇਦ ਤੂੰ ਕਰ ਲਵੇਂ। ਉਹ ਕਿਹੜਾ? ਕਰੋੜਾਂ ਯੁੱਗਾਂ ਦੀ ਉਮਰ ਤੇ ਫਿਰ ਇੱਥੇ ਬੱਸ ਲਈ, ਜਿੱਥੇ ਚੰਦ ਤੇ ਸੂਰਜ ਦੀ ਰੌਸ਼ਨੀ ਵੀ ਨਹੀਂ ਪਹੁੰਚਦੀ,
ਐਸੀ ਗੁਫਾ ਦੇ ਵਿੱਚ ਚੌਂਕੜਾ ਤੇ ਸੁਪਨੇ ਦੇ ਵਿੱਚ ਵੀ ਸੌਵਾਂ ਨਾ। ਜਿਹੜਾ ਕੰਮ ਦਿਨੇ ਨਾ ਹੋਵੇ ਉਹ ਰਾਤ ਨੂੰ ਸੁਪਨਾ ਕਰਦਾ ਵਾ। ਮਹਾਨ ਵਿਦਵਾਨ ਸਵਾਮੀ ਪਿਤੰਬਰ ਜੀ ਨੇ ਸੁਪਨੇ ਦੀ ਵਿਆਖਿਆ ਕੀਤੀ ਵੀ ਸੁਪਨਾ ਕੀ ਹੈ। ਕਹਿੰਦੇ ਜਿੱਥੇ ਦੇਖੇ ਹੋਏ ਸੁਣੇ ਹੋਏ ਸੋਚੇ ਹੋਏ ਪਦਾਰਥਾਂ ਦੀ ਸਿਮਰਤੀ ਤੋਂ ਸੰਸਾਰ ਬਣੇ ਉਹ ਸੁਪਨਾ ਹੈ। ਵਿਦਾਂਤ ਦਾ ਇੱਕ ਬੜਾ ਪ੍ਰਸਿੱਧ ਗ੍ਰੰਥ ਹੈ, ਜਿਹਨੇ ਪੜ੍ਹਨਾ ਹੋਵੇ ਵਿਦਾਂਤ ਪਹਿਲਾਂ ਪੜ੍ਹਾਇਆ ਜਾਂਦਾ ਵਿਚਾਰ ਚੰਦਰ ਉਹਦੇ। ਚੰਦਰਮਾ ਦੀਆਂ 16 ਕਲਾ ਮੰਨੀਆਂ ਨੇ, ਉਹਦੇ 16 ਚੈਪਟਰ ਨੇ, ਅਧਿਆਏ ਨੇ ਉਸ ਗ੍ਰੰਥ ਦੇ। ਜਿੱਥੇ ਦੇਖੇ ਸੁਣੇ ਸੋਚੇ ਹੋਏ ਪਦਾਰਥ ਦੀ ਸਿਮਰਤੀ ਤੋਂ ਸੰਸਾਰ ਬਣੇ। ਤੁਸੀਂ ਕਿਤੇ ਦੇਖੋਗੇ ਜਿਹੜਾ ਕੰਮ ਦਿਹਾੜੀ 'ਚ ਕਰਨਾ ਸੀ ਸੋਚਦਾ ਰਿਹਾ ਪਰ ਡਰਦਾ ਰਿਹਾ ਜਾਂ ਭੈ ਮੰਨਿਆ ਜਾਂ ਕਿਸੇ ਕਾਰਨ ਨਹੀਂ ਕਰ ਸਕਿਆ, ਉਹ ਸੁਪਨੇ 'ਚ ਸੰਸਾਰ ਬਣਦਾ। ਹੁਣ ਦਿਨੇ ਸੋਚਦੇ ਰਹੇ ਵੀ ਸੋਈਏ ਟਾਈਮ ਹੀ ਨਹੀਂ ਲੱਗਾ। ਐਸੀ ਜਗ੍ਹਾ ਤੇ ਬਹਿ ਕੇ ਬੰਦਗੀ ਕਰਾਂ ਸੁਪਨੇ ਵਿੱਚ ਵੀ ਸੌਣ ਵਾਸਤੇ ਥਾਂ ਨਾ ਹੋਵੇ, ਇੰਨੀ ਬੰਦਗੀ ਹੈ ਕਿਸੇ ਦੀ। ਤੇ ਫਿਰ ਪੌਣਹਾਰੀ ਹੋਵਾਂ, ਖਾਣਾ ਪੀਣਾ ਛੱਡ ਦਵਾਂ, ਸਵਾਸਾਂ ਨੂੰ ਦਸਮ ਦੁਆਰ 'ਚ ਚੜ੍ਹਾ ਛੱਡਾਂ, ਪਰ ਇੱਕ ਕੰਮ ਸੱਜਣਾ ਤੇਰੇ ਤੋਂ ਨਹੀਂ ਹੋਣਾ, ਉਹ ਕੀ ਰੱਬ ਦੇ ਨਾਮ ਦਾ ਅੰਤ ਨਹੀਂ ਤੇਰੇ ਤੋਂ ਪਾਇਆ ਜਾਣਾ। ਸਤਿਗੁਰੂ ਕਹਿੰਦੇ ਕੋਟ ਕੋਟੀ ਮੇਰੀ ਆਰਜਾ, ਪਵਣ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਓ, ਭੀ ਤੇਰੀ ਕੀਮਤ ਨਾ ਪਵੇ, ਹੋ ਕੇਵਲ ਆਖਾਂ ਦਾ। ਜਿੱਥੇ ਵਾਹਿਗੁਰੂ ਬੇਅੰਤ, ਉਹਦੀ ਵਡਿਆਈ ਬੇਅੰਤ, ਉੱਥੇ ਉਹਦੇ ਨਾਮ ਦੀ ਵੀ ਵਡਿਆਈ ਬੇਅੰਤ। ਨਾਮ ਦਾ ਵੀ ਅੰਤ ਨਹੀਂ ਪਾਇਆ ਜਾਂਦਾ। ਜਿੱਥੇ ਨਾਮ ਦੀ ਵਡਿਆਈ ਬੇਅੰਤ ਹੈ, ਉੱਥੇ ਗੁਰਬਾਣੀ ਨੇ ਇੱਕ ਸੱਜਣ ਦੀ ਹੋਰ ਵੀ ਗੱਲ ਕੀਤੀ ਜਿਹਦੀ ਮਹਿਮਾ ਦਾ ਅੰਤ ਨਹੀਂ ਪਾਇਆ ਜਾਂਦਾ, ਸਾਧ ਕੀ ਮਹਿਮਾ। ਸਾਧ ਦੀ ਸੋਭਾ, ਇਹਦੇ ਬਾਰੇ ਵੀ ਸੱਚੇ ਪਾਤਸ਼ਾਹ ਕਹਿੰਦੇ ਸਾਧ ਕੀ ਮਹਿਮਾ ਵੇਦ ਨਾ ਜਾਂਦਾ। ਆਮ ਬੰਦੇ ਦੀ ਗੱਲ ਛੱਡ, ਆਮ ਗ੍ਰੰਥ ਦੀ ਗੱਲ ਛੱਡ, ਜਿਹੜੇ ਦੁਨੀਆਂ ਦੇ ਸਭ ਤੋਂ ਪੁਰਾਣੇ ਗ੍ਰੰਥ ਨੇ, ਭਾਵੇਂ ਈਸਾਈ ਧਰਮ ਮੁਸਲਮਾਨ ਧਰਮ ਸਭ ਨਵੇਂ ਆ ਉਹਨਾਂ ਦੀ ਨਿਗਾਹ 'ਚ। ਸਭ ਤੋਂ ਪੁਰਾਣਾ ਧਰਮ ਤੇ ਦੁਨੀਆਂ ਦੇ ਸਭ ਤੋਂ ਪੁਰਾਣੇ ਗ੍ਰੰਥ ਵੇਦ, ਉਹ ਵੀ ਉਹਨਾਂ ਦੀ ਮਹਿਮਾ ਸੰਪੂਰਨ ਕਥਨ ਨਹੀਂ ਕਰ ਸਕਦੇ। ਫਿਰ ਪ੍ਰਸ਼ਨ ਪੈਦਾ ਹੁੰਦਾ ਵੀ ਜੇ ਮਹਿਮਾ ਕਰ ਨਹੀਂ ਸਕਦੇ ਤੇ ਇੰਨੇ ਗ੍ਰੰਥ ਬਣੇ ਕਿਉਂ? ਸਿਰਫ ਤੇ ਸਿਰਫ ਆਪਣੀ ਰਸਨਾ ਨੂੰ ਸਫਲ ਕਰਨ ਵਾਸਤੇ।
ਸਿਰਫ ਤੇ ਸਿਰਫ ਆਪਣੇ ਸਵਾਸਾਂ ਨੂੰ ਸਫਲ ਕਰਨ ਵਾਸਤੇ, ਸਿਰਫ ਤੇ ਸਿਰਫ ਆਪਣੀ ਜ਼ਿੰਦਗੀ ਨੂੰ ਸਫਲ ਕਰਨ ਵਾਸਤੇ ਸਾਲ ਆ ਹੀ ਸਾਲ ਆ ਹੈ, ਇਤੀ ਸੁਰਤ ਨਾ ਪਾਈਆ, ਨਦੀਆਂ ਤੇ ਵਾਹ ਪਵੇ ਸਮੁੰਦ ਨਾ ਜਾਣੀਏ। ਐਸੇ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਦਿੱਤੇ ਹੋਏ ਖਜ਼ਾਨੇ ਗੁਰਬਾਣੀ ਦੀ ਆਪਾਂ ਵਿਚਾਰ ਕਰਦੇ ਆ ਰਹੇ। ਇੱਕ ਸੱਜਣ ਪਰਸੋਂ ਕਹਿੰਦਾ ਸੀ ਨਾਮ ਜਪ ਸਕਦੇ ਕਿ ਨਹੀਂ, ਮੈਂ ਕਿਹਾ ਨਾਮ ਤੇ ਪਾਬੰਦੀ ਤੇ ਕੋਈ ਨਹੀਂ, ਪਰ ਜਪਾਉਣ ਵਾਲੀ ਵੀ ਕੋਈ ਗੱਲ ਨਹੀਂ, ਪਰ ਨਾਮ ਤੇ ਨਿੱਜੀ ਅਵਸਥਾ ਵਾ, ਚੌਂਕੜੇ 'ਚ ਬਹਿ ਕੇ ਜਪਣਾ ਚਾਹੀਦਾ, ਬਹੁਤਾ ਕਿਸੇ ਨੂੰ ਦਿਖਾ ਕੇ ਜਪਿਆ ਤੇ ਕੀ ਜਪਿਆ। ਕਹਿੰਦਾ ਨਹੀਂ ਜਪ ਕੇ ਦਿਖਾਓ, ਇਸ ਕਰਕੇ ਕੱਲ੍ਹ ਥੋੜ੍ਹਾ ਜਿਹਾ ਜਾਪ ਕਰਨ ਦੀ ਕੋਸ਼ਿਸ਼ ਕੀਤੀ ਸੀ, ਨਹੀਂ ਤੇ ਚੌਂਕੜਾ ਮਾਰ ਕੇ ਘਰਾਂ 'ਚ ਜਪਿਆ ਕਰੋ ਬਹਿ ਕੇ ਅੰਮ੍ਰਿਤ ਵੇਲੇ। ਐਸੇ ਗੁਰਬਾਣੀ ਦੇ ਖਜ਼ਾਨੇ, ਉਸ ਖਜ਼ਾਨੇ ਦੀ ਵਿਆਖਿਆ ਆ ਰਹੀ ਹੈ, ਜੇ ਤੇ ਸਿੱਖ ਗੁਰੂ ਦੇ ਨਾਲ ਜੁੜਿਆ ਫਿਰ ਤੇ ਸਭ ਕੁਝ ਹੀ ਸਫਲ ਹੀ ਸਫਲ, ਜੋ ਮਰਜ਼ੀ ਕਰ, ਪਰ ਗੁਰੂ ਦੇ ਹੁਕਮ 'ਚ ਰਹਿ ਕੇ, ਗੁਰੂ ਦੇ ਦਾਇਰੇ 'ਚ ਰਹਿ ਕੇ। ਡਾਕਟਰ ਕਹਿੰਦਾ ਤੂੰ ਆਹ ਚੀਜ਼ਾਂ ਖਾ ਸਕਦਾ ਪਰ ਮੇਰੇ ਦਾਇਰੇ 'ਚ ਰਹਿ ਕੇ, ਤੇ ਜੇ ਸਿੱਖ ਗੁਰੂ ਦੇ ਨਾਲ ਨਹੀਂ ਜੁੜਿਆ ਨਾ ਫਿਰ ਮਾਫ ਕਰੀ, ਜੇ ਤੂੰ ਮਨਮੁੱਖ ਆ ਨਾ, ਗੁਰੂ ਨੂੰ ਤੇਰਾ ਕੱਖ ਵੀ ਨਹੀਂ ਪਸੰਦ ਆਉਣਾ, ਨਾ ਤੇਰੇ ਕੱਪੜੇ ਪਸੰਦ ਆਉਂਦੇ ਗੁਰੂ, ਗੁੱਸਾ ਨਾ ਕਰਿਓ, ਨਾ ਤੇਰੀ ਸ਼ਕਲ ਹੀ ਪਸੰਦ ਆਉਂਦੀ। ਇੱਥੋਂ ਤੱਕ ਕਹਿੰਦੇ, ਕਹਿੰਦੇ ਕਿੱਥੋਂ ਮੱਥੇ ਲੱਗ ਪਿਆ ਮੈਨੂੰ ਡਰ ਆਉਂਦਾ ਇੱਥੋਂ, ਜਿਹੜੀ ਜਿਹੜਾ ਮੁੱਖ ਨਾਮ ਨਹੀਂ ਜਪਦਾ। ਗੁਰਬਾਣੀ ਨੇ ਉਹਨਾਂ ਨੂੰ ਤਿੰਨ ਮੁੱਖ ਡਰਾਵਣੇ ਕਹਿ ਕੇ ਸੰਬੋਧਨ ਕੀਤਾ, ਨਾ ਤੇਰੇ ਕੱਪੜੇ ਪਸੰਦ, ਨਾ ਤੇਰੀ ਸ਼ਕਲ ਪਸੰਦ ਮੱਥੇ ਨਾ ਲੱਗੇ, ਨਾ ਤੇਰੀ ਜਾਇਦਾਦ ਤੇ ਗੁਰੂ ਖੁਸ਼, ਨਾ ਤੇਰੇ ਪਰਿਵਾਰ ਤੇ ਗੁਰੂ ਖੁਸ਼, ਤੇ ਜੇ ਗੁਰੂ ਨਾਲ ਜੁੜਿਆ ਵਾ ਫਿਰ ਸਭ ਕੁਝ ਹੀ ਸਫਲ। ਸਤਿਗੁਰੂ ਜੀ ਬਚਨ ਕਰਦੇ ਪੰਜਵੇਂ ਪਾਤਸ਼ਾਹ, ਨਾਨਕ ਬਿਜੁਲੀਆਂ ਚਮਕਣ, ਬਿਜਲੀਆਂ ਲਿਸ਼ਕਦੀਆਂ ਹੋਣ, ਘੁਰਨ ਘਟਾ ਅਤ ਕਾਲੀਆਂ ਤੇ ਬੱਦਲ ਉਹਨਾਂ ਦੇ ਵਿੱਚੋਂ ਘਟਾਵਾਂ ਦੇ ਵਿੱਚੋਂ ਬੜਾ ਖੜਾਕ ਆਉਂਦਾ ਹੋਵੇ, ਗੱਜਦੇ ਹੋਣ, ਬਿਜਲੀਆਂ ਲਿਸ਼ਕਦੀਆਂ ਹੋਣ, ਬੱਦਲ ਗਰਜਦੇ ਹੋਣ, ਬਰਸਤ ਮੇਘ ਅਪਾਰ, ਮੀਂਹ ਮੌਲੇ ਧਾਰ ਵਰੇ। ਕਈ ਵਾਰੀ ਮੈਂ ਸੋਚਦਾ ਸੀ ਵੀ ਮੌਲੇ ਧਾਰ ਪੈਣੇ ਬਹੁਤ ਜ਼ਿਆਦਾ ਪਵੇ, ਇੱਥੇ ਤੁਹਾਡੇ ਵੇਖਿਆ ਇੱਕ ਦਿਨ ਸੜਕ 'ਤੇ ਆਉਂਦਿਆਂ ਪੈਣ ਲੱਗ ਪਿਆ, ਲੋਕਾਂ ਗੱਡੀਆਂ ਹੀ ਪਾਸੇ ਲਾ ਲਈਆਂ, ਇੰਨਾ ਮੀਂਹ ਵਰੇ ਵੀ ਦਿਖੇ ਹੀ ਕੱਖ ਨਾ, ਮੌਲੇ ਧਾਰ ਵਰੇ, ਬਰਸਤ ਮੇਘ ਅਪਾਰ,
ਨਾਨਕ ਸੰਗਮ ਪਿਰੀ ਸੁਹੰਦੀਆ। ਜੇ ਪਤੀ ਹੈ ਨਾ ਫਿਰ ਸਭ ਕੁਝ ਹੀ ਸ਼ੋਭਨੀ। ਇਹਦੇ ਅੰਤਰੀ ਵਰਤ ਕੀਤੇ ਸਤਿਪੁਰਖ ਮਹਾਂਪੁਰਸ਼ਾਂ ਨੇ, ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆ। ਉਹ ਸਤਿਪੁਰਖ ਅਰਥ ਕਰਦੇ ਨੇ, ਬਿਜਲੀਆਂ ਚਮਕਣੀਆਂ ਮੈਨੇ ਮਾਇਆ ਦੇ ਚਮਤਕਾਰ, ਮਾਇਆ ਦੀ ਖਿੱਚ, ਪਦਾਰਥਾਂ ਦੀ ਖਿੱਚ, ਤੇ ਜਿਹੜਾ ਮੇਰਾ ਮੇਰਾ ਕਰਦੇ ਨਾ, ਮੇਰਾ ਪੁੱਤ, ਮੇਰੀ ਧੀ, ਮੇਰਾ ਪਰਿਵਾਰ, ਇਹ ਕਹਿੰਦੇ ਮੋਹ ਬਤਲਾਂ ਦੀ ਗੜਗੜਾਹਟ ਤੇ ਪਦਾਰਥਾਂ ਦਾ ਮੀਂਹ ਪਵੇ, ਜੋ ਤੂੰ ਚਾਹਵੇ ਤੇਰੇ ਪਾਸ ਹੋਵੇ, ਜੋ ਤੂੰ ਚਾਹਵੇ ਤੂੰ ਖਰੀਦ ਸਕੇ, ਦੁਨੀਆਂ ਦਾ ਹਰ ਸੁੱਖ ਤੇਰੇ ਕੋਲੇ ਹੋਵੇ, ਤੇ ਜੇ ਤੂੰ ਗੁਰੂ ਨਾਲ ਜੁੜਿਆ ਕਹਿੰਦੇ ਸਭ ਠੀਕ ਆ, ਸਫਲਾ, ਰੱਬ ਤੈਨੂੰ ਹੋਰ ਦਵੇ। ਸਤਿਗੁਰੂ ਜੀ ਨੇ ਬਚਨ ਕੀਤਾ ਨਾ ਬਾਣੀ ਦੇ ਵਿੱਚ, ਤਿੰਨ ਘਾ ਖਾਧਾ ਪੈਦਾ ਮਾਇਆ, ਸਭ ਪਵਿੱਤਰ ਹੈ ਜੋ ਨਾਮ ਹਰ ਰਾਤੇ, ਖਾਣਾ ਪੀਣਾ ਪੈਸਾ ਅਖੀਰ ਸਭ ਪਵਿੱਤਰ ਮੈਨੇ ਜੋ ਵੀ। ਇੱਕ ਗੱਲ ਸੁਣਿਓ ਧਿਆਨ ਨਾਲ, ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤਰ ਹੈ, ਜਿੰਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ, ਤੇਰਾ ਘਰ ਵੀ ਪਵਿੱਤਰ ਆ। ਜੇ ਰੱਬ ਨੇ ਚਾਰ ਪੈਸੇ ਦੇ ਤੇ ਤੇਰਾ ਮਹਿਲ ਵੀ ਪਵਿੱਤਰ ਹੈ, ਜੇ ਰੱਬ ਨੇ ਹੋਰ ਚਾਰ ਪੈਸੇ ਦੇ ਦਿੱਤੇ ਵੀ ਫਲਾਨੀ ਜਗ੍ਹਾ ਤੇ ਘਰ ਖਰੀਦ ਛੱਡੋ, ਹੋਟਲ ਖਰੀਦ ਛੱਡੋ, ਸਰਾਂ ਬਣਾ ਛੱਡੋ, ਜਾ ਕੇ ਰਿਹਾ ਕਰਾਂਗੇ, ਕਹਿੰਦੇ ਉਹ ਵੀ ਪਵਿੱਤਰ। ਪਰ ਸ਼ਰਤ ਇਹ ਹੈ ਉਸ ਘਰ ਵਿੱਚ, ਮੰਦਰ ਵਿੱਚ, ਮਹਿਲ ਵਿੱਚ, ਸਰਾਂ ਵਿੱਚ ਗੁਰਸਿੱਖ ਜਾਵੇ, ਸਿੱਖ ਜਾਵੇ, ਸੇਵਕ ਜਾਵੇ, ਅਭਿਆਗਤ ਬਿਨਾਂ ਦੱਸੇ। ਭੁੱਖਾ ਬੰਦਾ ਕਿਸੇ ਵੀ ਧਰਮ ਦਾ ਤੇਰੇ ਦਰਵਾਜ਼ੇ 'ਤੇ ਆਣ ਕੇ ਰੋਟੀ ਮੰਗੇ ਅਤੇ ਉੱਥੋਂ ਤੂੰ ਦੇ ਕੇ ਤੋੜੇ, ਫਿਰ ਕਹਿੰਦੇ ਸਭ ਪਵਿੱਤਰ। ਇੱਥੇ ਵਸ ਲਈ ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ। ਘੋੜੇ ਘੋੜੇ ਦੇ ਉੱਤੇ ਸੁਨਹਿਰੀ ਕਢਾਈ ਦੀਆਂ ਕਾਠੀਆਂ, ਅੱਜ ਕੱਲ੍ਹ ਤੁਸੀਂ ਗੱਡੀਆਂ ਕਹਿ ਸਕਦੇ ਹੋ, ਇਹ ਵੀ ਪਵਿੱਤਰ ਆ ਸੱਜਣਾ। ਪਰ ਸ਼ਰਤ ਇਹ ਹੈ ਜਿੰਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ, ਅਗਲੀ ਗੱਲ ਨਹੀਂ ਨਾ ਕੋਈ ਕਰਦਾ, ਪਿਛਲੀ ਸਾਰੀ ਆ ਵੀ, ਘਰ ਵੀ ਹੋਵੇ, ਮੰਦਰ ਵੀ ਹੋਵੇ, ਮਹਿਲ ਵੀ ਹੋਵੇ, ਸਰਾਂ ਵੀ ਹੋਵੇ, ਪਰ ਸਿੱਖ ਨਾ ਬਣੇ ਮੇਰੇ ਘਰ। ਗੱਡੀ ਵੀ ਹੋਵੇ, ਸਭ ਕੁਝ ਹੋਵੇ, ਕਰੋੜਾਂ ਦਾ ਹੋਵੇ, ਪਰ ਸਿੱਖ ਨਾ ਕਿਤੇ ਪਾਉਣਾ ਮੈਂ ਜੀ।
ਗ੍ਰੰਥੀ ਨਾ ਕਿਤੇ ਬਿਠਾਉਣਾ ਪੈ ਜੇ ਗੱਡੀ ਦੇ ਵਿੱਚ, ਕਿਤੇ ਭਾਈ ਜੀ ਨਾ ਬਿਠਾਉਣੇ ਪੈ ਜਾਣ ਵਿੱਚ। ਪਰ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਜਿੰਨੀ ਗੁਰਮੁਖ ਸਿੱਖ ਸਾਧ ਸੰਤ ਚੜ੍ਹ ਜਾਂਦੇ ਅਖੀਰ ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤਰ, ਅਖੀਰ ਗੱਲ ਨਬੇੜੀ ਕਹਿੰਦੇ ਸਭ ਹੀ ਪਵਿੱਤਰ। ਸਿਰਫ ਇੱਕ ਗੱਲ ਆ, ਜੇ ਗੁਰੂ ਨਾ ਜੁੜੇ, ਤੇ ਜੇ ਸੱਜਣਾ ਗੁਰੂ ਨਾਲ ਨਹੀਂ ਨਾ ਜੁੜਿਆ, ਹੁਣ ਦੂਸਰੇ ਬੰਨੇ ਥੋੜ੍ਹਾ ਜਿਹਾ ਧਿਆਨ ਦੇਵੋ, ਜੇ ਗੁਰੂ ਨਾਲ ਨਹੀਂ ਨਾ ਜੁੜਿਆ ਫਿਰ ਕਹਿੰਦੇ ਮੈਨੂੰ ਤੇਰਾ ਕੱਖ ਵੀ ਚੰਗਾ ਨਹੀਂ ਲੱਗਦਾ। ਕੀ ਕਹਿੰਦੇ ਸੱਚੇ ਪਾਤਸ਼ਾਹ? ਸਤਿਗੁਰੂ ਜੀ ਕਹਿੰਦੇ ਕਹਿੰਦੇ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਸੋਨੇ ਦੇ ਘਰ ਹੋਣ ਨਹੀਂ ਹੁੰਦੇ ਕਿਸੇ ਤੋਂ, ਇੰਨਾ ਪੈਸਾ ਨਹੀਂ ਹੁੰਦਾ। ਸੋਨੇ ਦੇ ਘਰ ਹੋਣ, ਸੁਗੰਧੀ ਆਪਣੇ ਆਪ ਹੀ ਚੱਲਦੀ ਹੋਵੇ ਚੰਦਨ ਦੀ, ਔਰ ਫਿਰ ਕੰਧਾਂ ਦੇ ਵਿੱਚ ਮੋਤੀ ਹੀਰੇ ਲਾਲ ਜੜੇ ਹੋਣ, ਇੱਕ ਜੋਤ ਜਗਾ ਇੱਕ ਦੀਵਾ ਜਗਾ, ਐਸੀਆਂ ਮਣੀਆਂ ਲੱਗੀਆਂ ਹੋਣ ਵੀ ਸਾਰਾ ਕਮਰਾ ਜਗ ਮਗਾ ਉੱਠੇ, ਸਾਰਾ ਮਹਿਲ ਜਗ ਉੱਠੇ। ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਬਸੂਰੇ, ਜੋ ਮਨ ਆਉਂਦਾ ਕਰਦਾ ਹੋਵੇ ਮਨੇ ਆਈਆਂ, ਜੋ ਮਨ ਚ ਆਉਂਦਾ ਰੋਕਣ ਵਾਲਾ ਹੀ ਨਾ ਹੋਵੇ, ਪੁੱਛਣ ਵਾਲਾ ਹੀ ਨਾ ਹੋਵੇ, ਟੋਕਣ ਵਾਲਾ ਹੀ ਨਾ ਹੋਵੇ। ਵੈਸੇ ਇੱਦਾਂ ਹੁੰਦਾ ਨਹੀਂ ਕਿਸੇ ਤੋਂ, ਚਲੋ ਹੋ ਜੇ, ਪਰ ਸੱਚੇ ਪਾਤਸ਼ਾਹ ਕਹਿੰਦੇ ਜੇ ਰੱਬ ਨਾਲ ਨਹੀਂ ਨਾ ਜੁੜਿਆ ਸਿੱਖਾ, ਗੁਰੂ ਨਾਲ ਨਹੀਂ ਜੁੜਿਆ, ਸੋ ਪ੍ਰਭ ਚੇਤਨਾ ਆਵਈ। ਤੇ ਮਹਾਰਾਜ ਕਹਿੰਦੇ ਮੈਨੂੰ ਤੇ ਇੱਦਾਂ ਜਾਪਦਾ ਜਿਵੇਂ ਵਿਸਟਾ ਕੇ ਕੀਰੇ ਗੰਦਗੀ ਦਾ ਕੀੜਾ। ਦੋ ਸ਼ਬਦ ਹੋ ਗਏ ਨਾ, ਜੇ ਤੇ ਗੁਰੂ ਨਾਲ ਜੁੜਿਆ ਕਹਿੰਦੇ ਜਾ ਤੇਰੀ ਕਾਠੀ ਨੂੰ ਵੀ ਮੱਥਾ ਟੇਕਦਾ ਮੈਂ। ਅੱਜ ਅੱਜ ਇੱਕ ਹੋਰ ਬੜਾ ਸਾਡੇ 'ਚ ਚੱਲ ਪਿਆ ਕੰਮ, ਇਹ ਮਹਾਰਾਜ ਦੇ ਚੋਲੇ ਨੂੰ ਮੱਥਾ ਨਾ ਟੇਕੋ, ਨਾ ਹੋਰ ਤੁਹਾਡੀ ਪੈਂਟ ਨੂੰ ਟੇਕੀਏ, ਮਹਾਰਾਜ ਦੇ ਜੋੜੇ ਨੂੰ ਮੱਥਾ ਨਾ ਟੇਕੋ, ਹੋਰ ਤੁਹਾਡੇ ਛਿੱਤਰਾਂ ਨੂੰ ਟੇਕੀਏ। ਪਤਾ ਨਹੀਂ ਕਿੱਥੋਂ ਕੱਢੀ ਜਾਂਦੇ ਆਪਦੀ ਗੁਰਮਤ, ਇਹਨਾਂ ਨੂੰ ਕਿਹੜਾ ਬੰਦਾ ਪੁੱਛੇ ਮਹਾਰਾਜ ਦੇ ਸ਼ਸਤਰਾਂ ਨੂੰ ਮੱਥਾ ਨਾ ਟੇਕੋ ਜੀ। ਦਸਵੇਂ ਪਾਤਸ਼ਾਹ ਕਹਿੰਦੇ ਸ਼ਸਤਰ ਮੇਰੇ ਪੀਰ ਆ, ਮੇਰਾ ਸਿਰ ਝੁਕਦਾ, ਨਮਸਕਾਰ ਸ੍ਰੀ ਖੜਕ ਕੋ ਕਰੋ ਸੋ ਹਿਤ ਚਿਤ ਲਾਏ, ਪੂਰਨ ਕਰੋ ਗ੍ਰੰਥੇ ਤੁਮ ਤੁਮ ਕਰੋ ਸਹਾਰ। ਕਈ ਵਾਰੀ ਮੈਂ ਬੜਾ ਹੈਰਾਨ ਹੁੰਦਾ, ਗੁਰੂ ਕਹਿੰਦਾ ਸਿੱਖਾ ਤੇਰਾ ਸਭ ਕੁਝ ਪਵਿੱਤਰ, ਸਭ ਪਵਿੱਤਰ, ਜਿਹੜੀ ਚੀਜ਼ ਗੁਰੂ ਨਾਲ ਜੁੜ ਗਈ ਸੱਜਣਾ ਪਵਿੱਤਰ। ਆ ਦਰਿਆਵੀ ਕੱਪੜਾ ਜਿੱਦਣ ਗੁਰੂ ਦੇ ਦਰ ਤੇ ਆਇਆ, ਅੱਜ ਇਹ ਰੁਮਾਲਾ ਸਾਹਿਬ ਇਹ ਕੱਪੜਾ ਨਹੀਂ। ਦਰਿਆਵੀ ਚੂੜੇ ਬਾਹਰ ਉਹ ਜੁੱਤੀਆਂ ਹੋਣਗੀਆਂ, ਛਿੱਤਰ ਹੋਣਗੇ, ਇੱਥੇ ਸੰਗਤ ਝਾੜ ਕੇ ਜਦੋਂ ਗੁਰੂ ਦੇ ਦਰ ਤੇ ਆਏ ਅਗਲੇ ਮੱਥੇ ਨੂੰ ਲਾਉਂਦੇ।
ਉਹੋ ਹੀ ਦੁਨਿਆਵੀ ਲੱਕੜਾਂ ਘਰ ਦੇ ਵਿੱਚ ਵੀ ਲੱਗੀਆਂ, ਪਰ ਜਿੱਦਣ ਉਹ ਗੁਰੂ ਦੇ ਦਰ ਤੇ ਆ ਗਈ ਉਹੋ ਹੀ ਲੱਕੜ ਨੂੰ ਨਮਸਕਾਰ ਹੁੰਦੀ, ਉਹ ਅੱਜ ਪਾਲਕੀ ਸਾਹਿਬ ਆ। ਗੱਲ ਤੇ ਸਿਰਫ ਜੁੜਦੀ ਹੈ, ਜਿੱਦਣ ਤੂੰ ਗੁਰੂ ਨਾਲ ਜੁੜ ਗਿਆ ਤੈਨੂੰ ਨਮਸਕਾਰ ਹੋ ਰਹੀ ਹੋਣੀ। ਆ ਸਾਡੇ ਭਰਾਵਾਂ ਨੂੰ ਪਤਾ ਨਹੀਂ ਕੀ ਹੋ ਗਿਆ, ਸਿੱਖਾਂ ਨੂੰ ਸਤਿਕਾਰ ਕਰਨਾ ਹੋਰ ਚੀਜ਼ ਹੁੰਦੀ ਆ, ਮੰਨਣਾ ਹੋਰ ਚੀਜ਼ ਹੁੰਦੀ ਆ। ਤੁਸੀਂ ਸਾਰੇ ਵਿਦੇਸ਼ ਵਿੱਚ ਰਹਿੰਦੇ ਆ, ਤੁਸੀਂ ਜੇ ਕਿਸੇ ਅੰਗਰੇਜ਼ ਨੂੰ ਕਹੋ ਕਿ ਮੈਂ ਹਜ਼ਰਤ ਈਸਾ ਦਾ ਬਹੁਤ ਸਤਿਕਾਰ ਕਰਦਾ, ਰਿਸਪੈਕਟ ਕਰਦਾ, ਇਹਦਾ ਮਤਲਬ ਇਹ ਤਾਂ ਨਹੀਂ ਵੀ ਤੂੰ ਈਸਾਈ ਬਣ ਗਿਆ। ਸਤਿਕਾਰ ਕਰਨਾ ਹੋਰ ਚੀਜ਼ ਹੈ, ਮੰਨਣਾ ਹੋਰ ਚੀਜ਼ ਹੈ। ਅਸੀਂ ਗੁਰੂ ਦੀ ਹਰ ਚੀਜ਼ ਨੂੰ ਸਤਿਕਾਰ ਦਿੰਦੇ ਹਾਂ, ਪਰ ਮੰਨਦੇ ਕਿਹਨੂੰ ਆ? ਮੰਨਦੇ ਅਸੀਂ ਸ਼ਬਦ ਨੂੰ। ਕਮਾਈ ਕਿਹਦੀ ਕਰਦੇ ਹਾਂ? ਸ਼ਬਦ ਦੀ ਕਰਦੇ ਹਾਂ। ਹੁਣ ਸਤਿਕਾਰ ਦੇਣ ਦਾ ਤਰੀਕਾ ਵੱਖੋ ਵੱਖਰਾ। ਜਦੋਂ ਸਿੱਖ ਸਿੱਖ ਨੂੰ ਮਿਲੇ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਵੇ, ਇਹ ਸਾਡਾ ਤਰੀਕਾ। ਬਜ਼ੁਰਗ ਦੇ ਪੈਰੀਂ ਹੱਥ ਲਾਉਣਾ, ਗੋਡੀ ਹੱਥ ਲਾਉਣਾ ਸਾਡਾ ਤਰੀਕਾ। ਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਲਿਖਦੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਤੇ ਹੁਣ ਕੀ ਫਿਰ ਗੁਰੂ ਸਾਹਿਬ ਦੇ ਚੋਲਿਆਂ ਨੂੰ, ਗੁਰੂ ਸਾਹਿਬ ਦੇ ਸ਼ਸਤਰਾਂ ਨੂੰ ਹੁਣ ਸਲੂਟ ਮਾਰਿਆ ਕਰੀਏ, ਜਿਹੜਾ ਸਾਡਾ ਤਰੀਕਾ ਹੀ। ਸਾਡਾ ਤਰੀਕਾ ਦੇ ਹੱਥ ਜੋੜ ਕੇ ਆਗੇ ਆਵਤ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਹੁਣ ਕੀ ਅਸੀਂ ਇੱਥੇ ਫਿਰ ਹੁਣ ਗੁਰੂ ਸਾਹਿਬ ਨੂੰ ਆਪਣਾ ਟਰੈਡੀਸ਼ਨ ਆਪਣਾ ਕਲਚਰ ਛੱਡ ਕੇ ਹੁਣ ਮਹਾਰਾਜ ਨੂੰ ਗੁੱਸਾ ਨਾ ਕਰਿਓ, ਹੈਲੋ ਹਾਏ ਕਰਿਆ ਕਰੀਏ, ਹੁਣ ਫਤਿਹ ਬੁਲਾਉਣੀ ਛੱਡ ਦਈਏ। ਠੀਕ ਹੈ, ਬਾਹਰ ਰੱਖੋ ਜੋ ਹੈ ਦੁਨੀਆਂ ਜਿੱਥੇ ਤੁਸੀਂ ਰਹਿੰਦੇ, ਪਰ ਸਾਡਾ ਸਤਿਕਾਰ ਕਰਨ ਦਾ ਤਰੀਕਾ ਕੀ ਆ? ਸਿਰ ਚੁਕਾਉਣਾ ਜਾਂ ਫਤਿਹ ਬੁਲਾਉਣੀ, ਕਰ ਸਾਧੂ ਅੰਜਲੀ ਪੁੰਨ ਵੱਡਾ, ਕਰ ਡੰਡੌਤ ਪੁੰਨ ਵੱਡਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਥੋਂ ਤੱਕ ਸਿੱਖਾਂ ਦੇ ਵਿੱਚ ਵਿਦਵਾਨ ਇੱਦਾਂ ਦੇ ਆ ਚੁੱਕੇ ਆ। ਹੋਰ ਤੇ ਗੱਲ ਛੱਡੋ, ਗੁਰੂ ਤੇ ਹੀ ਕਿਰਤੂ ਹੋ ਰਿਹਾ, ਗੁਰੂ ਤੇ। ਵੈਸੇ ਕਲਮ ਦੇ ਵਿੱਚ ਬੜੀ ਤਾਕਤ ਮੰਨੀ ਗਈ, ਬਹੁਤ, ਪਰ ਜੇ ਕਲਮ ਚਾਲੀ ਹੁਣ ਆਪਣੇ ਤੇ ਪਈ ਆ ਤੇ ਫਿਰ ਕਰਾਂਗੇ। ਕਲਮ ਦੇ ਵਿੱਚ ਇੰਨੀ ਤਾਕਤ ਆ, ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਦੀਵਾਨ ਗੋਇਆ ਸਾਹਿਬ ਸਿੱਖਾਂ ਨੂੰ ਜੂਝਦਿਆਂ ਵੇਖ ਕੇ, ਲੜਦਿਆਂ ਵੇਖ ਕੇ, ਕਿਸੇ ਸਿੱਖ ਤੋਂ ਸ੍ਰੀ ਸਾਹਿਬ ਲੈ ਕੇ ਦਸਵੇਂ ਪਾਤਸ਼ਾਹ ਦੇ ਸਾਹਮਣੇ ਆ ਗਏ ਤੇ ਆਣ ਕੇ ਕਹਿੰਦੇ, ਦਾਤਾ ਸਤਿਗੁਰੂ ਜੀ ਮੈਂ ਵੀ ਲੜੂੰਗਾ, ਮੈਂ ਵੀ ਜੂਝੂੰਗਾ। ਸਤਿਗੁਰੂ ਕਦਰਦਾਨ ਸੀ, ਵਿਦਵਾਨ ਦੀ ਕਦਰ ਕਰਦੇ ਸੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਅਦੁੱਤੀ ਵਿਦਵਾਨ ਨੂੰ ਦੇਖ ਕੇ ਆਖਿਆ, ਪਤਾ ਕੀ ਆਖਿਆ? ਤਲਵਾਰ ਰਖਾ ਤੀ ਥੱਲੇ, ਇੱਥੇ ਰੱਖ ਲਿਆ ਤੇ ਕਲਮ ਦੇ ਕੇ ਆਖਿਆ, ਤਲਵਾਰ ਚਲਾਉਣ ਵਾਲੇ ਮੇਰੇ ਤੋਂ ਬੜੇ ਆ, ਤੂੰ ਕਲਮ ਚਲਾ। ਕਿਉਂ? ਕਲਮ ਜਿਹੜੀ ਆ
ਇਹ ਤਲਵਾਰ ਤੋਂ ਵੀ ਜ਼ਿਆਦਾ ਮਾਰਦੀ। ਬੜਾ ਸੋਹਣਾ ਕਿਸੇ ਨੇ ਚਾਰ ਲਾਈਨਾਂ ਦੇ ਵਿੱਚ ਅੰਕਿਤ ਕੀਤਾ, ਕਲਮ ਦੀ ਉਸਤਤ ਕੀਤੀ, ਕਲਮ ਨੂੰ ਪ੍ਰਸ਼ਨ ਕੀਤਾ ਕਿ ਹੇ ਕਲਮ ਕੀ ਗੱਲ ਆ ਵੀ ਤੂੰ ਤਲਵਾਰ ਤੋਂ ਵੀ ਵੱਧ ਜ਼ਖਮੀ ਕਰ ਦਿੰਦੀ, ਕਿਉਂ ਤਲਵਾਰ ਤੇ ਸਿਰਫ ਸਰੀਰ ਨੂੰ ਹੀ ਜ਼ਖਮੀ ਕਰਦੀ ਹੈ। ਪਰ ਬਾਣੀ ਕਵਿਤਾ ਕਲਮ ਇਹ ਤੇ ਫਿਰ ਸਾਧ ਸਕੇ ਜੀ ਬੰਦੇ ਦੇ ਹਿਰਦੇ ਨੂੰ ਬਿੰਨ ਦਿੰਦੀ, ਜ਼ਖਮੀ ਕਰ ਦਿੰਦੀ। ਇਸ ਕਰਕੇ ਜਿੱਥੇ ਤਲਵਾਰ ਸੀ, ਤਲਵਾਰ ਦੇ ਨਾਲ ਦਸਵੇਂ ਸਤਿਗੁਰੂ ਜੀ ਨੇ ਕਲਮ ਵੀ ਬੜੀ ਚਲਾਈ। ਕਿਸੇ ਨੇ ਕਲਮ ਨੂੰ ਸਵਾਲ ਕੀਤਾ, ਇੱਕ ਦਿਨ ਕਲਮ ਦੇ ਤਾਈ ਮੈਂ ਕਿਹਾ ਹੇ ਵਡਭਾਗਣ ਕਾਨੀ, ਵੱਡਿਆਂ ਭਾਗਾਂ ਲਈਏ ਬੜਾ ਤੂੰ ਲਿਖਦੀ, ਤਲਵਾਰ ਤੋਂ ਗੋਲੀ ਤੋਂ ਵੀ ਵੱਧ ਤੇਰਾ ਅਸਰ। ਹੁਕਮ ਤੇਰਾ ਸਭ ਦੁਨੀਆਂ ਮੰਨੇ, ਖਲਕਤ ਭਰਦੀ ਪਾਣੀ ਕਲਮ। ਅੱਗੇ ਉਹ ਕਲਮ ਕਹਿੰਦੀ ਬੜੀ ਮਿਹਨਤ ਕਰਨੀ ਪਈ, ਬੜਾ ਤਪ ਕਰਨਾ ਪਿਆ, ਬੜੀ ਕੁਰਬਾਨੀ ਕਰਨੀ ਪਈ ਹੈ। ਪੁੱਛਣ ਵਾਲਾ ਸੱਜਣ ਪੁੱਛਦਾ ਕਿਹੜੀ, ਹੁਣ ਸੁਣਿਓ, ਧੁੱਪਾਂ ਸੁੱਕੀ ਚਾਕੂ ਛਿੱਲੀ, ਐਵੇਂ ਨਹੀਂ ਬੜੀ, ਧੁੱਪਾਂ ਸਹਾਰੀਆਂ ਠੰਡ ਵੀ ਗੜਾ ਸਭ ਸਿਰ ਤੇ ਸਹਾਰਿਆ, ਚਾਕੂਆਂ ਨੇ ਬਰੀਕ ਬਰੀਕ ਕਰਕੇ ਛਿੱਲੀ, ਧੁੱਪਾਂ ਸੁੱਕੀ ਚਾਕੂ ਛਿੱਲੀ, ਸੀਨੇ ਚੀਰ ਪਵਾਇਆ, ਸੀਨੇ ਦੇ ਵਿੱਚ ਛੇਕ ਕਰਾਉਣੇ ਪੈਂਦੇ ਸੱਜਣਾ, ਸੀਨੇ ਵਿੱਚ ਚੀਰ ਪਵਾਏ ਨੇ ਅਗਲੀ ਨੇ, ਸਬਰ ਸ਼ੁਕਰ ਵਿੱਚ ਰਹਿ ਉਲਟੀ ਚੱਲੀ, ਪਾਇਆ ਮਾਣ ਨਿਮਾਣੀ, ਸਬਰ ਚ ਰਹਿ ਕੇ ਸ਼ੁਕਰ ਚ ਰਹਿ ਕੇ ਨਿਮਾਣੀ ਨੇ ਮਾਣ ਪਾਇਆ। ਦਸਵੇਂ ਪਾਤਸ਼ਾਹ ਕਹਿੰਦੇ ਸ੍ਰੀ ਸਾਹਿਬ ਰੱਖ, ਚਲਾਉਣ ਵਾਲੇ ਬੜੇ ਸੂਰਮੇ ਨੇ, ਕਲਮ ਦਾ ਸੂਰਮਾ ਚਾਹੀਦਾ ਹੈ ਭਾਈ ਨੰਦ ਲਾਲ ਸਾਹਿਬ ਮਹਾਰਾਜ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਕਹਿੰਦੇ ਮੈਂ ਜ਼ਿਮੀਂਦਾਰਾਂ ਦੇ ਘਰ ਜੰਮਿਆ, ਜਾਂ ਮੈਨੂੰ ਵਾਹੀ ਆਉਂਦੀ ਸੀ ਫੌਜ 'ਚ, ਕਹਿੰਦੇ ਨੌਕਰੀ ਕਰ ਲਈ, ਜਾਂ ਫੌਜੀ ਸੀ ਮੈਂ, ਸ਼ਾਇਦ ਲੱਤ ਦੇ ਵਿੱਚ ਪਤਾ ਨਹੀਂ ਗੋਲੀ ਲੱਗ ਗਈ, ਉਹਨਾਂ ਦੀ ਲੱਤ ਨਕਾਰੀ ਹੋ ਗਈ ਗਿਆਨੀ ਗਿਆਨ ਸਿੰਘ ਜੀ, ਨਾ ਹਲਵਾਉਣ ਜੋਗੇ ਰਹੇ ਤੇ ਨਾ ਫੌਜ ਦੀ ਨੌਕਰੀ ਕਰਨ ਜੋਗੇ ਰਹੇ, ਬੜੇ ਪਛਤਾਏ, ਦੁਖੀ ਹੋਏ ਵੀ ਕਰਮਾਂ ਨੇ ਇਹ ਕੀ ਕੀਤਾ। ਤਾਂ ਕਹਿੰਦੇ ਦਸਵੇਂ ਪਾਤਸ਼ਾਹ ਦੀ ਬਾਣੀ ਆਈ, ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋਏ, ਦਸਵੇਂ ਪਾਤਸ਼ਾਹ ਨੇ ਬਚਨ ਕੀਤਾ, ਕਹਿੰਦੇ ਹਾਲ ਨਾਲੋਂ ਤਲਵਾਰ ਨਾਲੋਂ ਗੋਲੀ ਨੂੰ ਵੀ ਤਿੱਖੀ ਕਲਮ ਗਿਆਨ ਸਿੰਘ ਜੀ ਚੁੱਕ ਤੇ ਲੇਖ, ਹਾਲ ਤੇ ਸਾਰੀ ਵਾਹ ਲੈਂਦੇ।
ਤਲਵਾਰ ਵੀ ਤਕਰੀਬਨ ਚਲਾ ਲਈਦੇ ਆ, ਲੜ ਵੀ ਪੈਂਦੇ। ਗਿਆਨੀ ਜੀ ਨੇ ਆਪਣੇ ਗ੍ਰੰਥ ਵਿੱਚ ਇਹਨੂੰ ਕਵਿਤਾ ਦੇ ਵਿੱਚ ਲਿਖਿਆ ਇਸ ਗੱਲ। ਉਹਨਾਂ ਕਵਿਤਾ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਇਹਨੂੰ ਅੰਕਿਤ ਕੀਤਾ ਹੈ। ਉਹ ਕਹਿੰਦੇ ਕੁੱਲ ਕਾਰਜ ਮਮ ਦੋ ਥੇ ਖੇਤੀ ਔਸ ਗ੍ਰਾਮ। ਸਾਡੇ ਟੱਬਰ ਦਾ ਕੰਮ ਸੀ ਜਾਂ ਖੇਤੀ ਕਰੋ ਜਾਂ ਯੁੱਧ ਕਰੋ, ਬਸ ਦੋ ਕੰਮ ਸੀ ਸਾਡੇ। ਲਾਤ ਨਕਾਰੀ ਹੋਣ ਤੇ ਛੁੱਟ ਗਏ ਦੋਨੋਂ ਕਾਮ। ਭੋ ਗਿਆਨ ਹਰ ਤੇਗ ਹਲ ਛੂਟੇ ਤੇ ਨਾ ਕਰ ਸੋਗ। ਹੇ ਗਿਆਨ ਸਿਆ ਮਹਾਰਾਜ ਕਹਿਣ ਲੱਗੇ ਕਿਉਂ ਦੁਖੀ ਹੁੰਦਾ, ਕੋਈ ਸ਼ੋਕ ਨਾ ਕਰ। ਹਲ ਤਲਵਾਰੋ ਬਲੀ ਹੈ ਤੁਸ਼ ਕਲਮ ਕੀ ਨੋਕ। ਨਿੱਕੀ ਜੀ ਨੋਕ ਹਲ ਨਾਲੋਂ ਵੀ ਤੇ ਤਲਵਾਰਾਂ ਨਾਲੋਂ ਵੀ ਬੜੀ ਤਿੱਖੀ ਹੈ, ਪਰ ਹੁਣ ਕਰੀਏ ਕੀ, ਇਹ ਚੱਲਦੀ ਆਪਣੇ ਤੇ ਪਈ। ਚੱਲਣੀ ਚਾਹੀਦੀ ਸੀ ਪੰਥ ਦੀ ਸੇਵਾ ਦੇ ਵਿੱਚ, ਪਰ ਚੱਲ ਕਿੱਧਰ ਰਹੀ ਹੈ, ਜਾ ਕਿੱਧਰ ਰਹੀ ਹੈ, ਆਪਣੇ ਸਿੱਖਾਂ ਦੇ ਉਲਟੀ ਸਾਧ ਸੰਗਤੀ ਚੱਲਣ ਲੱਗ ਪਈ। ਸਤਿਗੁਰੂ ਸੱਚੇ ਪਾਤਸ਼ਾਹ ਗੱਲ ਕਰਾਂ ਕਹਿੰਦੇ ਜੇ ਤੇ ਤੂੰ ਜੁੜਿਆ ਗੁਰੂ ਨਾਲ ਫਿਰ ਸਭ ਪਵਿੱਤਰ ਹੈ, ਤੇ ਜੇ ਗੁਰੂ ਨਾਲ ਨਹੀਂ ਜੁੜਿਆ ਤਾਂ ਸਤਿਗੁਰੂ ਜੀ ਦੂਜਾ ਦ੍ਰਿਸ਼ਟਾਂਤ ਦਿੰਦੇ, ਕਹਿੰਦੇ ਜਲ ਥਲ ਨੀਰ ਭਰੇ ਸੀਤਲ ਸੀਤਲ ਪਵਨ ਝੁਲਾਰ ਦੇ। ਜਲ ਥਲ ਪਾਣੀ ਨਾਲ ਭਰੇ ਹੋਣ, ਠੰਡੀਆਂ ਹਵਾ ਵਗਦੀਆਂ ਹੋਣ, ਸੇਜੜੀਆਂ ਸੋਏਨ ਸੋਨੇ ਦੀਆਂ ਸੇਜਾਂ ਹੋਣ, ਹੀਰੇ ਲਾਲ ਜੜਨ ਦੀਆਂ ਸੁਪਰ ਕੱਪੜ ਭੋਗ ਸ਼ਗਨਾਂ ਦੇ ਕੱਪੜੇ ਵੀ ਪਾਏ ਹੋਣ, ਭੋਗਣ ਵਾਸਤੇ ਪਦਾਰਥ ਵੀ ਹੋਣ, ਨਾਨਕ ਪਿਰੀ ਵਿਹੂਣੀ ਤੱਤੀਆਂ। ਪਰ ਜੇ ਪਿਰ ਨਹੀਂ ਪਤੀ ਨਹੀਂ ਤੇ ਉਸ ਔਰਤ ਵਾਸਤੇ ਸਾਰੀਆਂ ਹੀ ਚੀਜ਼ਾਂ ਸਾੜਨ ਵਾਲੀਆਂ, ਦੁੱਖ ਦੇਣ ਵਾਲੀਆਂ। ਇਸੇ ਤਰ੍ਹਾਂ ਜੇ ਸੱਜਣਾ ਗੁਰੂ ਵੱਲ ਲਈ ਨਾ, ਜਲ ਥਲ ਨੀਰ ਭਰੇ ਆ ਗ੍ਰੰਥਾਂ ਦੇ ਵਿੱਚ ਬੜੀ ਮਹਿਮਾ ਲਿਖੀ ਹੈ, ਸਭ ਨਾਮ ਰੂਪੀ ਜਲ ਨਾ ਭਰੇ। ਸੀਤਲ ਪਵਨ ਝੁਲਾਰ ਦੇ, ਜਦੋਂ ਸਾਧੂ ਸੰਤ ਬੋਲਦੇ ਨੇ ਕਥਾ ਕੀਰਤਨ ਕਰਦੇ ਆ, ਠੰਡ ਪੈਂਦੀ ਹੈ, ਠੰਡੀ ਹਵਾ ਇਹ ਵਗਦੀ ਪਈ ਹੈ। ਸੇਜੜੀਆਂ ਸੋਏਨ ਕਰੁਣਾ ਮੁਦਤਾ ਮੈਤਰੀ ਅਪੇਖਿਆ, ਇਹ ਚਾਰ ਪਾਵੇ ਵਾਲੀ ਸੇਜਾ ਹੋਵੇ। ਕਰੁਣਾ ਮੈਨੇ ਤਰਸ ਕਰਿਆ ਕਰ, ਇਹ ਵੀ ਸ਼ੁਭ ਗੁਣ ਹੋਵੇ ਤੇਰੇ ਅੰਦਰ ਜੇ ਤੂੰ ਤਰਸ ਕਰੇ। ਮੁਦਤਾ ਖੁਸ਼ ਰਹਿ ਵੇਖ ਕੇ ਸਾਰਿਆਂ, ਮੈਤਰੀ ਮਿੱਤਰ ਭਾਵ, ਅਪੇਖਿਆ ਜਿਹੜਾ ਆਖੇ ਨਾ ਲੱਗੇ ਉਹਨਾਂ ਝਗੜਨਾ ਨਹੀਂ, ਇਹ ਸੋਚ ਲੈਣਾ ਵੀ ਇਹਦੇ ਉੱਤੇ ਅਜੇ ਰੱਬ ਦੀ ਕਿਰਪਾ ਨਹੀਂ, ਅਪੇਖਿਆ ਕਰ। ਇਹ ਸ਼ੁਭ ਗੁਣ ਵੀ ਤੇਰੇ ਵਿੱਚ ਹੋਣ, ਸੁਪਰ ਕੱਪੜ ਭੋਗ ਭੋਗ ਵੀ ਲਵਾਉਂਦਾ ਹੋਵੇ ਠਾਕੁਰਾਂ ਨੂੰ, ਗਿਆਨ ਪ੍ਰੇਮ ਦੀਆਂ ਗੱਲਾਂ ਵੀ ਕਰਦਾ ਹੋਵੇ,
ਪਰ ਜੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ, ਵਾਹਿਗੁਰੂ 'ਤੇ ਨਿਸ਼ਚਾ ਨਹੀਂ, ਜਿੰਨੀ ਮਰਜ਼ੀ ਕਥਾ ਕਰਕੇ ਪ੍ਰਚਾਰ ਕਰਕੇ ਦੁਨੀਆਂ ਨੂੰ ਸੁਣਾਈ ਜਾ, ਪਰ ਇਹਦੇ ਸਭ ਦੁੱਖ ਰੂਪ ਹੈ, ਕੁਝ ਵੀ ਨਹੀਂ ਪੱਲੇ ਤੇ। ਅੱਜ ਕੱਲ੍ਹ ਦੇ ਵਿਦਵਾਨਾਂ 'ਤੇ ਗੱਲ ਜ਼ਿਆਦਾ ਢੁਕਦੀ ਹੈ, ਜਿਹੜੇ ਮਹਾਰਾਜ ਦੀ ਹਜ਼ੂਰੀ 'ਚ ਹੀ ਬੈਠੇ ਮਹਾਰਾਜ ਦੇ ਉਲਟ ਬੋਲੀ ਜਾਂਦੇ। ਗੁਰੂ ਗ੍ਰੰਥ ਸਾਹਿਬ ਕਹਿੰਦਾ ਨਾਮ ਜਪੋ, ਆ 15 ਫੁੱਟ 'ਤੇ ਸਟੇਜ ਲੱਗੀ ਹੁੰਦੀ, ਇੱਥੇ ਬਹਿ ਕੇ ਕਹਿੰਦਾ ਨਹੀਂ ਨਾਮ ਨਹੀਂ ਜਪਣ ਦੀ ਲੋੜ, ਇੰਨੇ ਕੁ ਥਾਂ 'ਤੇ ਹੀ ਬੋਲੀ ਜਾਂਦੇ, ਅਤੇ ਸੁਣਨ ਵਾਲੇ ਵੀ ਏਡੇ ਗਿਆਤਾ ਦੇਹ ਜਕਾਰੇ 'ਤੇ ਜਗਾਉਂਦਾ। ਇੱਥੋਂ ਪਤਾ ਲੱਗਦਾ ਵੀ ਇਹ ਵੀ ਮਹਾਰਾਜ ਦਾ ਕਿੰਨਾ ਕੁ ਪਾਠ ਕਰਦੇ। 15 ਫੁੱਟ 'ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੀ ਕਿਹਾ ਜਾ ਰਿਹਾ ਸੇਵਾ ਦਾ ਲਾਭ ਨਹੀਂ, ਸਿਮਰਨ ਦਾ ਲਾਭ ਨਹੀਂ, ਹਾਲਾਂਕਿ ਸਭ ਕੁਝ ਇਹੀ ਆ ਗੁਰੂ ਗ੍ਰੰਥ ਸਾਹਿਬ। ਮਹਾਰਾਜ ਨੇ ਇਹਨਾਂ ਬਾਰੇ ਬੜੀ ਸੋਹਣੀ ਗੱਲ ਲਿਖੀ ਬਾਣੀ ਵਿੱਚ। ਮਹਾਰਾਜ ਨੇ ਇਹਨਾਂ ਦਾ ਨਾਮ ਪਤਾ ਕੀ ਰੱਖਿਆ? ਕੜਛੀਆਂ। ਜੇ ਕਿਸੇ ਨੇ ਪੁੱਛਣਾ ਹੋਵੇ ਨਾ, ਬਾਣੀ 'ਚ ਬੜੇ ਨਾਂ ਆਉਂਦੇ, ਜਿਹੜਾ ਨਿੰਦਿਆ ਕਰੀ ਜਾਵੇ, ਮਹਾਰਾਜ ਨੇ ਉਹਦਾ ਨਾਂ ਰੱਖਿਆ ਧੋਬੀ। ਅਤੇ ਜਿਹੜਾ ਤੁਹਾਡੇ ਕੱਪੜੇ ਧੋਵੇ, ਤੁਸੀਂ ਮਾਣ ਕਰੋ, ਜੇ ਨਿੰਦਿਆ ਕਰੇ ਉਹਨੂੰ ਕੁਝ ਦਿਆ ਕਰੋ, ਖਾਣ ਪੀਣ ਵਾਸਤੇ ਤਗੜਾ ਹੋ ਜਾਏਗਾ। ਇੱਕ ਗੁਰਬਾਣੀ ਦੇ ਨਾਮ ਦਿੱਤਾ, ਜਿਹੜੇ ਬੋਲਦੇ ਬਹੁਤ ਆ ਪਰ ਕਰਦੇ ਕੱਖ ਨਹੀਂ, ਸੇਵਾ ਸਿਮਰਨ, ਉਹਨਾਂ ਦਾ ਨਾਮ ਪਤਾ ਕੀ ਪਾਇਆ ਬਾਣੀ ਨੇ? ਕੜਛੀ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਕੜਛੀਆਂ ਫਿਰਨ ਸਵਾਉ ਨਾ ਜਾਣਨ ਸੁੱਜੀਆਂ। ਕੜਛੀ ਭੋਜਨ ਦੇ ਵਿੱਚ ਫਿਰਦੀ ਹੈ, ਦੂਜਿਆਂ ਨੂੰ ਬਹੁਤ ਵਰਤਾਉਂਦੀ ਪਰ ਆਪ ਨੂੰ ਸਵਾਦ ਨਹੀਂ, ਇੱਦਾਂ ਦੂਜਿਆਂ ਨੂੰ ਬੜਾ ਸਮਝਾਉਂਦਾ ਪਰ ਆਪਦੇ ਪੱਲੇ ਕੁਝ। ਉਹ ਟਾਈਮ ਚੰਗਾ ਹੋਊਗਾ ਵੀ ਕੜਛੀ ਬਾਲਟੀ 'ਚ ਫਿਰਦੀ ਸੀ, ਸਿਧਾਂਤ 'ਚ ਰਹਿੰਦੀ ਸੀ, ਵਿਚਾਰ 'ਚ ਰਹਿੰਦੀ ਸੀ, ਮਰਿਆਦਾ 'ਚ ਰਹਿੰਦੀ ਸੀ, ਪਰ ਹੁਣ ਤਾਂ ਬਾਹਰ ਹੀ ਚਲੇ ਗਈ ਆ। ਪਤਾ ਨਹੀਂ ਕਿੱਥੋਂ ਦੀਆਂ ਗੱਲਾਂ ਚੁੱਕ ਚੁੱਕ ਕੇ ਸੁਣਾਈ ਜਾਂਦੇ ਸੰਗਤ, ਜਿਹਦਾ ਮਤਲਬ ਵੀ ਕੋਈ ਨਹੀਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਣੀ ਵਿੱਚ, ਕਹਿੰਦੇ ਇੰਨਾ ਜੀਵਨ ਗਰਕ ਚੁੱਕਾ ਵਾ, ਜੇ ਰੱਬ ਵੀ ਆਣ ਕੇ ਕਵੇ ਨਾ ਸੱਜਣਾ ਨਾ ਕਰ, ਇਹਨੇ ਮੰਨਣਾ ਨਹੀਂ। ਬਾਣੀ ਪਤਾ ਕੀ ਕਹਿੰਦੀ ਹੈ? ਆਮ ਬੰਦੇ ਦੀ ਗੱਲ ਛੱਡੋ, ਬਾਣੀ ਕਹਿੰਦੀ ਬ੍ਰਹਮਾ ਹੂਕ ਕਹਿਓ ਨਾ ਮਨ। ਜੇ ਵਧਾਤਾ ਜਿਹਨੇ ਦੁਨੀਆਂ ਬਣਾਈ ਉਹ ਵੀ ਆਣ ਕੇ ਕਵੇ ਤੂੰ ਗਲਤ ਕਰਦਾ ਪਿਆ, ਕਹਿੰਦਾ ਮੈਂ ਨਹੀਂ ਮੰਨਦਾ, ਕਹਿੰਦਾ ਤੇਰੀ ਗੱਲ। ਬ੍ਰਹਮਾ ਹੂਕ ਕਹਿਓ ਨਾ ਮਾਨੇ, ਇਹ ਹਾਲ ਅੱਜ ਕੱਲ੍ਹ ਬਣ ਚੁੱਕਾ। ਤਾਂ ਸੱਚੇ ਪਾਤਸ਼ਾਹ ਪਵਿੱਤਰ ਵਿਚਾਰ ਕਰਦੇ ਹੋਏ ਕਹਿੰਦੇ ਨੇ ਜੇ ਤੇ ਰੱਬ ਮਿਲ ਗਿਆ ਨਾਨਕ ਸੰਗਮ ਪਿਰੀ ਸੁਹੰਦੀ ਹੈ, ਜੇ ਨਹੀਂ ਮਿਲਿਆ ਤਾਂ ਨਾਨਕ ਪਿਰੀ ਵਿਹੋਣੀ ਤੱਤੀ। ਰੱਬ ਵੀ ਆਣ ਕੇ ਸਮਝਾਵੇ ਤਾਂ ਵੀ ਮੰਨਣ ਨੂੰ ਤਿਆਰ ਨਹੀਂ। ਅਖੀਰ ਫਿਰ ਮਹਾਰਾਜ ਜੀ ਤੋਂ ਪੁੱਛਿਆ, ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਬਾਣੀ ਅੱਗੇ ਪੌੜੀ ਆਰੰਭ ਹੁੰਦੀ ਹੈ, ਇਹ ਗੱਲ ਕੀ ਹੈ, ਕਾਰਨ ਕੀ ਹੈ? ਅਖੀਰ ਫਿਰ ਨਿਚੋੜ ਕੱਢਿਆ ਜਾਂਦਾ ਹੈ ਵੀ ਇਹਨਾਂ ਦੇ ਵੱਸ ਕੁਝ ਨਹੀਂ, ਇਹੀ ਕਰਨ ਵਾਸਤੇ ਆ। ਇੱਕ ਸੱਜਣ ਗੁਰਬਾਣੀ 'ਤੇ ਕਿੰਤੂ ਕਰਦਾ ਹੁੰਦਾ ਸੀ, ਉਹਨੂੰ ਮਹਾਂਪੁਰਖਾਂ ਨੇ ਆਖਿਆ ਤੂੰ ਹਟ ਜਾ, ਜਿਹੜਾ ਬਾਣੀ 'ਤੇ ਕਿੰਤੂ ਕਰੇ ਉਹ ਕਿਸੇ ਬੰਨੇ ਨਹੀਂ ਲੱਗਦਾ, ਭਾਵੇਂ ਜਿੰਨਾ ਮਰਜ਼ੀ ਸਿਮਰਨ ਕਰੀ ਜਾਵੇ।
ਪਰ ਉਹਦੀ ਆਦਤ ਨਹੀਂ ਸੀ ਜਾਂਦੀ। ਉਹ ਕਹਿੰਦਾ ਮੈਨੂੰ ਪੰਜਾਂ ਪਿਆਰਿਆਂ ਨੇ ਕਿਹਾ ਵਾ ਇਸ ਬਾਣੀ ਨੂੰ ਬਾਣੀ ਨਹੀਂ ਮੰਨਣ। ਉਹ ਕਹਿੰਦੇ ਫੇਰ ਜੇ ਪੰਜ ਪਿਆਰੇ ਦੁਬਾਰਾ ਕਹਿ ਦੇਣ ਫੇਰ ਮੰਨ ਲੇਗਾ? ਕਹਿੰਦਾ ਨਹੀਂ, ਜੇ ਦਸਵੇਂ ਪਾਤਸ਼ਾਹ ਕਹਿ ਦੇਣ ਮੈਂ ਮੰਨ ਲੂੰਗਾ। ਉਹ ਸੰਤ ਕਹਿਣ ਲੱਗੇ, ਕਹਿੰਦੇ ਸਵੇਰੇ ਇਸ਼ਨਾਨ ਕਰਕੇ ਆ ਜਾਈ ਦਰਬਾਰ ਸਾਹਿਬ 'ਚ, ਦਸਵੇਂ ਪਾਤਸ਼ਾਹ ਕਹਿਣਗੇ ਆ ਜਾਈ। ਅਗਲੇ ਦਿਨ ਉਹ ਦਰਬਾਰ 'ਚ ਹੀ ਨਹੀਂ ਆਇਆ। ਕੀ ਕਰੋਗੇ, ਦਸਵੇਂ ਪਾਤਸ਼ਾਹ ਕਹਿਣ ਨੂੰ ਤਿਆਰ ਨੇ, ਉਹ ਦਰਬਾਰ 'ਚ ਹੀ ਨਹੀਂ ਆਇਆ। ਮਹਾਰਾਜ ਕਬੀਰ ਸਾਹਿਬ ਜਾਂ ਭਗਤ ਬਾਣੀ ਵਿੱਚ ਲਿਖਿਆ, ਕਹਿੰਦੇ ਬ੍ਰਹਮਾ ਹੂ ਕੋ ਕਹਿਓ ਨਾ ਮਨ, ਜੇ ਰੱਬ ਵੀ ਆਣ ਕੇ ਕਵੇ ਤੂੰ ਗਲਤ ਕਰਦਾ ਪਿਆ ਵਾ, ਇੰਨੀ ਹੋਮੇ ਆ ਇਹ ਨਹੀਂ ਮੰਨਣਗੇ ਉਸ ਗੱਲ। ਤਾਂ ਮਹਾਰਾਜ ਨਿਚੋੜ ਕੱਢਦੇ ਹੋਏ ਬਾਣੀ ਵਿੱਚ ਕੀ ਫਰਮਾਉਂਦੇ, ਕਹਿੰਦੇ ਕਰਮ ਮਾੜੇ ਭਾਗ ਮਾੜੇ, ਜੋ ਹੈ ਸਭ ਕਰਮਾਂ 'ਤੇ ਚੱਲਦਾ ਪਿਆ। ਸਤਿਗੁਰੂ ਜੀ ਕਹਿੰਦੇ ਕਾਰਨ ਕਰਤੇ ਜੋ ਕੀਆ ਸੋਈ ਹੈ ਕਰਨਾ, ਅਖੀਰ ਜਿੱਦਾਂ ਰੱਬ ਚਲਾਉਂਦਾ ਉੱਥੇ ਚੱਲਣਗੇ। ਜੇ ਸੋ ਧਾਵੈ ਪ੍ਰਾਣੀਆਂ ਪਾਵੈ ਧੁਰ ਲੈਣਾ, ਸੈਂਕੜੇ ਪਾਸੇ ਭੱਜਿਆ ਫਿਰ ਉਹੀ ਮਿਲੂਗਾ ਜਿਹੜਾ ਮੱਥੇ 'ਤੇ ਲਿਖਿਆ ਹੋਵੇ। ਘੜੇ ਵਿੱਚ ਪਾਣੀ ਸੂਏ ਤੋਂ ਵੀ ਨਹਿਰ ਤੋਂ ਵੀ ਓਨਾ ਹੀ ਪੈਂਦਾ ਵਾ, ਘੜੇ 'ਚ ਪਾਣੀ ਸਮੁੰਦਰ ਤੋਂ ਵੀ ਓਨਾ ਪੈਂਦਾ, ਭਾਵੇਂ ਉੱਥੇ ਲੈ ਜਾ ਭਾਵੇਂ ਨਲਕੇ 'ਤੇ ਲੈ ਜਾ, ਪੈਣਾ ਓਨਾ ਹੀ ਆ ਜਿੰਨਾ ਘੜਾ। ਦੁਨੀਆਂ 'ਚ ਭਾਵੇਂ ਰੇਤ ਦੇ ਟਿੱਬੇ 'ਤੇ ਬਹਿ ਜਾ ਅਤੇ ਭਾਵੇਂ ਉੱਥੇ ਚਲੇ ਜਾ ਜਿੱਥੋਂ ਸੋਨਾ ਨਿਕਲਦਾ ਹੋਵੇ, ਮਿਲਣਾ ਓਨਾ ਹੀ ਆ ਜਿੰਨਾ ਤੇਰਾ ਭਾਅ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪਾਵੈ ਹੈ ਧੁਰ ਲੈਣਾ, ਬਿਨ ਕਰਮਾ ਕਿਸ਼ੂ ਨਾ ਲੱਭਈ ਜੇ ਫਿਰੈ ਸਭ ਧਰਨਾ, ਸਾਰੀ ਧਰਤੀ 'ਤੇ ਤੁਰਿਆ ਫਿਰ ਬਿਨਾਂ ਕਰਮਾਂ ਤੋਂ ਕੁਝ ਲੱਭਦਾ ਨਹੀਂ। ਇੱਥੇ ਸਮਾਪਤੀ ਕਰਾਂ। ਬਾਬਾ ਫਰੀਦ ਸਾਹਿਬ ਜਾਂ ਮਹਾਤਮਾ ਬੁੱਧ ਦੇ ਜੀਵਨ ਦੇ ਵਿੱਚ ਇੱਕ ਗਾਥਾ ਆਉਂਦੀ ਹੈ, ਜਾਂ ਫਿਰ ਧੰਨ ਬਾਬਾ ਫਰੀਦ ਸਾਹਿਬ ਦੇ ਜੀਵਨ ਵਿੱਚ ਉਹਨਾਂ ਦੀ ਸੇਵਾ ਬਾਰੇ ਗਾਥਾ ਆਉਂਦੀ। ਦੋ ਚੇਲੇ ਸੀ, ਜਮਾਲ ਇੱਕ ਪੁੱਤ ਸੀ ਜਮਾਲ। ਅਖੀਰਲਾ ਸਮਾਂ ਹੋਇਆ, ਸਰੀਰ ਛੱਡਣ ਲੱਗੇ, ਬੜੀਆਂ ਆਵਾਜ਼ਾਂ ਮਾਰੀਆਂ, ਜਮਾਲ ਆ ਪਰ ਪੁੱਤ ਸੀ ਨਾ, ਪਿਓ ਮੰਨਦਾ ਸੀ, ਸੰਤ ਨਹੀਂ ਸੀ ਨਾ ਮੰਨਦਾ, ਨਹੀਂ ਆਇਆ। ਤਾਂ ਜਿਹੜਾ ਚੇਲਾ ਜਮਾਲ ਸੀ ਉਹਨੂੰ ਸਭ ਕੁਝ ਦੇ ਦਿੱਤਾ ਗਿਆ। ਇੱਕ ਲੱਕੜ ਦੀ ਰੋਟੀ ਜਿਹੜੀ ਗਲ 'ਚ ਪਾਉਂਦੇ ਸੀ ਉਹ ਵੀ ਚੇਲੇ ਨੂੰ ਦੇ ਦਿੱਤੀ ਆਪਣੇ ਹੱਥੀ। ਇੱਕ ਸਿਰ ਦੇ ਉੱਤੇ ਜਿਹੜਾ ਪਾਉਂਦੇ ਸੀ ਉਹ ਵੀ ਦੇ ਦਿੱਤਾ, ਮਾਲਾ ਵੀ ਦੇ ਦਿੱਤੀ। ਇੱਕ ਗਲ ਦਾ ਜਿਹੜਾ ਚੋਗਾ ਸੀ ਨਾ, ਬਹੁਤ ਵੱਡਾ ਜਾਮਾ ਪਾਉਂਦੇ ਸੀ ਬਾਬਾ ਫਰੀਦ ਸਾਹਿਬ, ਉਹ ਵੀ ਚੇਲੇ ਨੂੰ ਦੇ ਦਿੱਤਾ ਜਵਾਬ। ਪੁੱਤ ਨੂੰ ਚੜ੍ਹ ਗਿਆ ਗੁੱਸਾ, ਉਹ ਜਦੋਂ ਲੈ ਕੇ ਤੁਰਨ ਲੱਗਾ ਉਹਨਾਂ ਨੇ ਰਾਹ 'ਚ ਜਾ ਕੇ ਘੇਰ ਲਿਆ ਇਕੱਲੇ, ਕਹਿੰਦੇ ਬੰਦਾ ਬਣ ਕੇ ਦੇ ਦੇ ਸਾਡੀਆਂ ਨਿਸ਼ਾਨੀ ਨਹੀਂ ਤੇ ਮਾਰਾਂਗੇ ਤੈਨੂੰ।
ਉਹਨਾਂ ਨੇ ਬੜਾ ਸਮਝਾਇਆ ਵੀ ਮੈਨੂੰ ਸੇਵਾ 'ਚ ਮਿਲੀਆਂ ਤੁਹਾਡੇ ਤੋਂ ਨਹੀਂ ਰਹਿ ਸਕਣੀ। ਜਿਹੜੀ ਚੀਜ਼ ਬਖਸ਼ਿਸ਼ 'ਚ ਮਿਲਦੀ ਆ ਉਹ ਮਿਹਨਤ ਅਤੇ ਸਿਆਣਪ ਤੋਂ ਕਿਤੇ ਵੱਧ ਹੁੰਦੀ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ 'ਤੇ ਬਖਸ਼ਿਸ਼ ਹੀ ਹੋਈ ਹੈ, ਕੋਈ ਡੱਕ ਸਕਿਆ ਉਹਨੂੰ, ਰੋਕ ਸਕਿਆ ਕੋਈ ਉਹਨੂੰ? ਸੰਤ ਬਾਬਾ ਜਰਨੈਲ ਸਿੰਘ ਜੀ ਉੱਤੇ ਬਖਸ਼ਿਸ਼ ਹੋਈ ਆ, ਕੋਈ ਡੱਕ ਸਕਿਆ ਉਹਨੂੰ, ਰੋਕ ਸਕਿਆ? ਸਾਰੀ ਦੁਨੀਆ ਨਹੀਂ ਰੋਕ ਸਕਦੀ। ਬਖਸ਼ਿਸ਼ ਜਿਹੜੀ ਹੁੰਦੀ ਹੈ, ਖੁਸ਼ੀ, ਪ੍ਰਸੰਨਤਾ, ਕਿਰਪਾ, ਇਹ ਮਿਹਨਤ ਤੋਂ ਵੀ ਬੜੀ ਵੱਡੀ ਹੁੰਦੀ, ਕੁਛ ਵੀ ਨਹੀਂ ਮਿਹਨਤ ਦੇ। ਤਾਂ ਮਹਾਰਾਜ ਜੀ ਜਮਾਲ ਸਾਹਿਬ ਜਿਹੜੇ ਚੇਲੇ ਸੀ ਨਾ, ਉਹਨੂੰ ਪੁੱਤ ਜਮਾਲ ਕਹਿੰਦਾ ਰੱਖਦੇ ਸਾਡਾ ਸਮਾਨ ਇੱਥੇ। ਉਹਨੇ ਆਖਿਆ ਚੰਗਾ, ਉਹਨੇ ਪਹਿਲਾਂ ਜਿਹੜੀ ਕਾਠ ਦੀ ਰੋਟੀ ਸੀ ਨਾ ਲੱਕੜ ਦੀ ਗਲ 'ਚ ਪਾ ਕੇ ਰੱਖ ਦੇ, ਉਹ ਥੱਲੇ ਰੱਖ ਕੇ ਕਹਿੰਦਾ ਚੁੱਕ ਲਓ। ਜਦੋਂ ਚੁੱਕਣ ਲੱਗੇ ਉਹ ਚੁੱਕੀ ਨਹੀਂ ਗਈ ਉਹਨਾਂ, ਉਹਨੇ ਚੋਲਾ ਰੱਖਤਾ ਸਭ, ਕਹਿੰਦਾ ਇੱਕ ਚੀਜ਼ ਚੁੱਕੀ ਜਾਂਦੀ ਤੇ ਚੁੱਕ ਲਾ। ਉਹ ਹਾਰ ਕੇ ਮਿੰਤਾਂ 'ਤੇ ਆ ਗਿਆ ਵੀ ਕੋਈ ਨਿਸ਼ਾਨੀ ਦੇ ਦੇ, ਅਸੀਂ ਭੁੱਖੇ ਮਰਾਂਗੇ, ਸਾਡੀ ਰੋਟੀ ਚੱਲਦੀ ਰਹੂ। ਕਹਿੰਦੇ ਤੁਸੀਂ ਬਾਬਾ ਫਰੀਦ ਸਾਹਿਬ ਅਤੇ ਸਾਹਿਬਜ਼ਾਦੇ ਹੋ, ਤੁਸੀਂ ਭੁੱਖੇ ਮਰੋਗੇ, ਤੁਹਾਨੂੰ ਤਾਂ ਦੁਨੀਆ ਪੂਜੇਗੀ, ਪੈਰਾਂ ਦੇ ਥੱਲੇ ਹੱਥ ਰੱਖ ਕੇ ਵੀ ਨਮਸਕਾਰਾਂ ਕਰੇ। ਜ਼ੋਰ ਲਾ ਕੇ ਮਰ ਗਏ, ਇੱਕ ਚੀਜ਼ ਨਹੀਂ ਚੁੱਕੀ ਗਈ। ਸਤਿਗੁਰੂ ਕਹਿੰਦੇ ਨੇ ਕਰਮ ਮਿਲੈ ਨਾ ਹੀ ਠਾਕਰ। ਜਦੋਂ ਕਿਰਪਾ ਕਰਕੇ ਕਿਸੇ ਨੂੰ ਦਿੰਦਾ, ਫਿਰ ਕਿਸੇ ਦੀ ਤਾਕਤਾਂ ਨੂੰ ਠਾਕ ਪਾਵੇ, ਰੋਕ ਪਾਵੇ, ਕਿਸੇ ਦੀ ਤਾਕਤ ਨਹੀਂ ਉਹਨੂੰ ਰੋਕ ਸਕਦਾ। ਅਤੇ ਜੇ ਕਰਮ ਨਹੀਂ ਤੇ ਸਾਰਾ ਜ਼ੋਰ ਲਾ ਲਿਆ, ਇੱਕ ਚੀਜ਼ ਵੀ ਉਹਨਾਂ ਤੋਂ ਚੁੱਕੀ ਨਹੀਂ ਗਈ। ਮਹਾਤਮਾ ਬੁੱਧ ਇਹਨੂੰ ਬੜਾ ਸੋਹਣਾ ਕਥਨ ਕਰਦੇ ਨੇ, ਜਾਂ ਕਿਸੇ ਸੱਜਣ ਨੇ ਆਖਿਆ, ਕਹਿੰਦੇ ਨਾ ਦੇਰ ਹੈ ਨਾ ਅੰਧੇਰ ਹੈ, ਤੇਰੇ ਕਰਮੋ ਕਾ ਯਹ ਸਭ ਫੇਰ ਹੈ। ਕਹਿੰਦਾ ਰੱਬ ਦੇ ਘਰ ਦੇਰ ਆ, ਅੰਧੇਰ ਨਹੀਂ। ਉਹ ਕਹਿੰਦੇ ਇਹ ਵੀ ਗੱਲ ਨਹੀਂ, ਨਾ ਇੱਥੇ ਦੇਰ ਹੀ ਆ ਨਾ ਅੰਧੇਰ, ਰੱਬ ਦੇ ਘਰ ਅੰਧੇਰ ਹੋ ਹੀ ਨਹੀਂ ਸਕਦਾ, ਨਾ ਦੇਰ ਆ ਨਾ ਅੰਧੇਰ ਆ, ਸਭ ਕਰਮਾਂ ਦਾ ਫੇਰ ਆ। ਜਿਹੋ ਜਿਹੇ ਕਰਮ ਕੀਤੇ ਉਹੋ ਜਿਹਾ ਫਲ ਜਿਹੜਾ ਹੈ ਉਹ ਪ੍ਰਾਪਤ ਹੁੰਦਾ। ਸਮਾਪਤੀ ਕਰਾਂ ਮਹਾਤਮਾ ਬੁੱਧ ਦੀ ਗੱਲ ਕਰਕੇ, ਕਹਿੰਦੇ ਜਦੋਂ ਪੰਛੀ ਜਿਉਂਦਾ ਹੁੰਦਾ ਕੀੜੀਆਂ ਨੂੰ ਖਾਂਦਾ, ਜਿੱਦਣ ਮਰ ਜਾਂਦਾ ਫਿਰ ਕੀੜੀਆਂ ਉਹਨੂੰ ਖਾਂਦੀਆਂ। ਸਮਾਂ ਅਤੇ ਕਰਮ, ਤਾਂ ਕਹਿੰਦੇ ਸਮਾਂ ਅਤੇ ਕਰਮ ਇਹਨਾਂ ਦਾ ਪਤਾ ਨਹੀਂ ਇਹਨਾਂ ਕਦੋਂ ਬਦਲ ਜਾਣਾ। ਕਿਸੇ ਨੂੰ ਦੁੱਖ ਨਾ ਦੇ, ਅੱਜ ਤੂੰ ਜਿੰਨਾ ਮਰਜ਼ੀ ਤਗੜਾ ਹੋਵੇਂਗਾ ਪਰ ਯਾਦ ਰੱਖੀ ਸਮੇਂ ਤੋਂ ਵੱਧ ਤੂੰ ਤਗੜਾ ਨਹੀਂ ਆ, ਬਲਵਾਨ ਨਹੀਂ, ਸਮਾਂ ਸਭ ਤੋਂ ਬਲਵਾਨ ਹੈ। ਮਹਾਤਮਾ ਬੁੱਧ ਕਹਿੰਦੇ ਇੱਕ ਦਰਖਤ ਤੋਂ ਲੱਖਾਂ ਹੀ ਮਾਚਿਸ ਦੀਆਂ ਤੀਲੀਆਂ ਬਣਦੀਆਂ ਨੇ, ਅਤੇ ਜਿੱਦਣ ਸਮਾਂ ਬਦਲਦਾ ਇੱਕ ਤੀਲੀ ਹੀ ਉਹ ਦਰਖਤ ਨੂੰ ਰਾਖ ਕਰ ਦਿੰਦੀ, ਸੁਆਹ ਕਰ ਦਿੰਦੀ। ਤਾਂ ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਕੋਈ ਭੱਜ ਲਵੇ ਉਹੋ ਹੀ ਪ੍ਰਾਪਤ ਹੁੰਦਾ ਹੈ ਜੋ ਉਹਦੇ ਕਰਮਾਂ ਦਾ ਲਹਿੜਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ, ਇੱਥੇ ਕਥਾ ਦੀ ਸਮਾਪਤੀ ਉੱਤੇ ਸਾਡੇ
ਬਹੁਤ ਹੀ ਸਤਿਕਾਰਯੋਗ, ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਸੰਗਤ ਦੇ ਮਨ ਦੇ ਵਿੱਚ ਬੜੀ ਇੱਛਾ ਰਹਿੰਦੀ ਹੈ, ਉਹ ਪਰਿਵਾਰ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੇ ਇਹਨਾਂ ਬਚਨਾਂ ਨੂੰ ਪਗਾ ਦਿੱਤਾ, ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਜਬ ਆਪ ਕੀ ਔਤ ਨਿਧਾਨ ਬਣੇ ਅਤ ਹੀ ਰਣ ਮੈਂ। ਐਸੇ ਸੱਤ ਪੁਰਖ ਉਹਨਾਂ ਦੇ ਵੱਡੇ ਸਪੁੱਤਰ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ, ਉਹ ਵੀ ਸੰਗਤ ਵਿੱਚ ਬੇਨਤੀ ਕਰਨ ਤੇ ਸੰਗਤ ਵਿੱਚ ਦਰਸ਼ਨ ਕਰਨ ਵਾਸਤੇ ਪਹੁੰਚੇ ਨੇ। ਇਸੇ ਤਰ੍ਹਾਂ ਅਮਰ ਸ਼ਹੀਦ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਨਾਗੋਗੇ, ਉਹਨਾਂ ਦੇ ਧਰਮ ਸਪਤਨੀ ਸਾਡੇ ਸਤਿਕਾਰਯੋਗ ਮਾਤਾ ਜਸਪ੍ਰੀਤ ਕੌਰ ਜੀ, ਸਪੁੱਤਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ, ਉਹ ਵੀ ਸੰਗਤ ਵਿੱਚ ਹਾਜ਼ਰੀ ਭਰ ਰਹੇ ਨੇ। ਇਸੇ ਤਰ੍ਹਾਂ ਅਤਿ ਸਤਿਕਾਰਯੋਗ ਗੁਰੂ ਘਰ ਦੇ ਅਨੰਤ ਪ੍ਰੇਮੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਇਸੇ ਤਰ੍ਹਾਂ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਮਨਧੀਰ ਸਿੰਘ ਜੀ, ਭਾਈ ਹੀਰਾ ਸਿੰਘ ਜੀ, ਇਸੇ ਤਰ੍ਹਾਂ ਸਤਿਕਾਰਯੋਗ ਭਾਈ ਸਿਮਰਨ ਸਿੰਘ ਜੀ, ਔਰ ਸੁਲਤਾਨਪੁਰ ਸਾਹਿਬ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਪਵਿੱਤਰ ਸਥਾਨ ਦੇ ਸੇਵਾਦਾਰ ਭਾਈ ਸਾਹਿਬ ਭਾਈ ਦਲਵਿੰਦਰ ਸਿੰਘ ਜੀ ਸੁਲਤਾਨਪੁਰ ਸਾਹਿਬ ਤੋਂ, ਉਹ ਵੀ ਉਚੇਚੇ ਤੌਰ 'ਤੇ ਸੰਗਤ ਵਿੱਚ ਹਾਜ਼ਰੀ ਭਰ ਰਹੇ ਨੇ। ਇਸੇ ਤਰ੍ਹਾਂ ਸਤਿਕਾਰਯੋਗ ਅਮਰ ਸ਼ਹੀਦ ਗਿਆਨੀ ਜੋਗਿੰਦਰ ਸਿੰਘ ਜੀ, ਚੱਕ ਰਾਜੂ ਸਿੰਘ ਵਾਲੇ, ਉਹਨਾਂ ਦਾ ਪਰਿਵਾਰ, ਸਤਿਕਾਰਯੋਗ ਮਾਤਾ ਕੁਲਵੰਤ ਕੌਰ ਜੀ, ਇਸੇ ਤਰ੍ਹਾਂ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ, ਉਹਨਾਂ ਦੇ ਸਪੁੱਤਰ ਭਾਈ ਜੋਤ ਸਿੰਘ ਜੀ, ਉਹ ਵੀ ਹਾਜ਼ਰੀ ਭਰ ਰਹੇ ਨੇ। ਸਤਿਕਾਰਯੋਗ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ, ਔਰ ਨੌਜਵਾਨ ਸਾਡੇ ਭਰਾ ਸਾਰੇ ਹੀ ਗੁਰਮੁਖ ਪਿਆਰੇ ਉਚੇਚੇ ਤੌਰ 'ਤੇ ਕਥਾ ਵਿੱਚ ਹਾਜ਼ਰੀ ਭਰਨ ਵਾਸਤੇ ਸਮਾਂ ਕੱਢ ਕੇ ਅੱਜ ਇੱਥੇ ਹਾਜ਼ਰ ਹੋਏ ਨੇ। ਸਾਰੇ ਹੀ ਸਤਿਕਾਰਯੋਗ ਗੁਰਮੁਖ ਬੈਠੇ ਨੇ, ਇੱਕ ਨੂੰ ਇੱਕ ਚੜ੍ਹਦੀਆ, ਕੌਣ ਜਾਣੇ ਮੇਰਾ ਨਾਮ ਜੀਓ। ਅਤੇ ਸਤਿਕਾਰਯੋਗ ਇੱਥੋਂ ਦੇ ਪ੍ਰਬੰਧਕ ਸੱਜਣ ਸਿੰਘ ਸਾਹਿਬ ਜੀ, ਗਿਆਨੀ ਸੁਖਜੀਤ ਸਿੰਘ ਜੀ, ਗਿਆਨੀ ਗੁਰਮੇਲ ਸਿੰਘ ਜੀ, ਸਾਰੇ ਹੀ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।